नमस्कार जी, मैं हाँ तुहाड़ा अपना बलविंदर हाली ते तुसी देख रहे हो पंजाब डेयरी। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਵਿਦੇਸ਼ ਮੰਤਰੀ ਨੂੰ ਆਖਿਆ ਕਿ ਉਹ ਪੰਜਾਬ ਦੇ ਦੋ ਵਿਧਾਇਕਾਂ ਨੂੰ ਕੈਨੇਡਾ ਦੇ ਹਵਾਈ ਅੱਡੇ ਤੋਂ ਵਾਪਸ ਮੋੜਨ ਦਾ ਮਾਮਲਾ ਕੈਨੇਡੀਅਨ ਸਰਕਾਰ ਕੋਲ ਚੁੱਕੇ। ਵਿਦੇਸ਼ ਮੰਤਰੀ ਨੂੰ ਲਿਖੀ ਇੱਕ ਪੱਤਰ ਵਿੱਚ ਸਪੀਕਰ ਨੇ ਆਖਿਆ ਕਿ ਵਿਧਾਨ ਸਭਾ ਦੇ ਮੈਂਬਰ ਕੁਲਤਾਰ ਸਿੰਘ ਤੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ਦੀ ਇਮੀਗ੍ਰੇਟ ਅਥਾਰਟੀ ਨੇ ਹਵਾਈ ਅੱਡੇ ਤੋਂ ਭਾਰਤ ਵਾਪਸ ਭੇਜ ਦਿੱਤਾ, ਹਾਲਾਂਕਿ ਉਹਨਾਂ ਨੇ ਆਪਣੇ ਵਿਧਾਇਕ ਵਜੋਂ ਸ਼ਨਾਖਤ ਵੀ ਦਿੱਤੀ। ਰਾਣਾ ਕੇਪੀ ਨੇ ਆਖਿਆ ਕਿ ਭਾਰਤ ਅਤੇ ਕੈਨੇਡਾ ਦੀਆਂ ਸਾਰੀਆਂ ਵਿਧਾਨ ਮੰਡਲ, ਰਾਸ਼ਟਰ ਮੰਡਲ, ਪਾਰਲੀਮੈਂਟਰੀ ਐਸੋਸੀਏਸ਼ਨ ਦੀਆਂ ਮੈਂਬਰਾਂ ਨੇ ਇੱਕ ਦੂਜੇ ਮੁਲਕਾਂ ਦੇ ਵਿਧਾਇਕਾਂ ਦਾ ਸਤਿਕਾਰ ਕਰਨਾ ਤਾਂ ਉਹਨਾਂ ਨੂੰ ਬਣਦੀ ਹਰੇਕ ਸਹੂਲਤ ਦੇਣ ਤੇ ਹਰੇਕ ਮੈਂਬਰ ਦੇਸ਼ ਦੇ ਸਰਕਾਰ ਦਾ ਫਰਜ਼ ਹੈ, ਜਦਕਿ ਕੈਨੇਡਾ ਦੀ ਸਰਕਾਰ ਨੇ ਇਸ ਦੇ ਉਲਟ ਉਹਨਾਂ ਆਖਿਆ ਕਿ ਸਾਡੇ ਵਿਧਾਇਕਾਂ ਨਾਲ ਰੁੱਖਾ ਤੇ ਨਾ ਮਿਲਵਰਤਨ ਵਾਲਾ ਵਰਤਾਓ ਕੀਤਾ। ਉਹਨਾਂ ਮੰਗ ਕੀਤੀ ਕਿ ਵਿਦੇਸ਼ ਵਿਭਾਗ ਨੂੰ ਇਹ ਮਾਮਲਾ ਕੈਨੇਡਾ ਦੀ ਸਰਕਾਰ ਕੋਲ ਸਫਾਰਤੀ ਪੱਧਰ ਤੇ ਉਠਾਉਣ ਲਈ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ।